ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਹੁਣ ਸਮਾਂ ਹੋ ਚੁੱਕਾ ਗੱਲਬਾਤ ਕਰਨ ਦਾ ਸਾਡੇ ਅੱਜ ਦੇ ਮਹਿਮਾਨ ਨਾਲ। ਤੇ ਅੱਜ ਦੇ ਸਾਡੇ ਮਹਿਮਾਨ ਨੇ ਦੀਪਕ ਜੀ, ਦੇਸ਼ ਦੀਪਕ, ਲੱਕੀ ਫਗਵਾੜਾ ਦੇ ਨਾਂ ਨਾਲ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ। ਸੋ ਆਪਣੇ ਭਾਈਚਾਰੇ ਦਾ ਨਾਂ ਇਹਨਾਂ ਨੇ ਉੱਚਾ ਕੀਤਾ ਵਾ ਮਿਸਟਰ ਵਿਕਟੋਰੀਆ ਬਣ ਕੇ। ਸੋ ਇਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ, ਜਾਣਦੇ ਹਾਂ ਇਹਨਾਂ ਦੇ ਇਸ ਸਫ਼ਰ ਦੇ ਬਾਰੇ। ਲੱਕੀ ਜੀ, ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਰੇਡੀਓ ਹਾਂਜੀ ਦੇ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰੀ ਕਮਿਊਨਿਟੀ ਨੂੰ ਬੋਲਦਾ ਜੀ। ਜੀ, ਸੋ ਲੱਕੀ ਜੀ, ਥੋੜ੍ਹਾ ਜਿਹਾ ਦੱਸੋਗੇ ਆਪਣੀ ਬੈਕਗਰਾਊਂਡ ਦੇ ਬਾਰੇ, ਕਿੱਦਾਂ ਇਸ ਪਾਸੇ ਨੂੰ ਰੁਝਾਨ ਵਧਿਆ? ਮੇਰਾ ਜੀ ਬੈਕਗਰਾਊਂਡ, ਮੈਂ ਜਨਮ ਸਥਾਨ ਮੇਰਾ ਪਿੰਡ ਕਿਤਨਾ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਜੀ। ਜੀ, ਅਤੇ ਬਾਅਦ ਵਿੱਚ ਆਪਾਂ ਫਗਵਾੜਾ ਸ਼ਹਿਰ ਵਿੱਚ ਸ਼ਿਫਟ ਹੋ ਗਏ ਅਤੇ ਹੁਣ ਉੱਥੇ ਯਾਨੀ ਕਿ ਆਪਣਾ ਬਿਜ਼ਨਸ ਹੈ ਅਤੇ ਸਪਲੀਮੈਂਟ ਸਟੋਰ ਹੈ ਮੇਰਾ ਉੱਥੇ ਇੰਡੀਆ ਪੰਜਾਬ 'ਚ। ਹਾਂਜੀ ਹਾਂਜੀ, ਫਗਵਾੜੇ ਸ਼ੇਰੇ ਪੰਜਾਬ ਨਿਊਟ੍ਰੀਸ਼ਨ ਸਾਡਾ ਸਪਲੀਮੈਂਟ ਸਟੋਰ ਹੈ ਉੱਥੇ। ਠੀਕ ਹੈ, ਸੋ ਰਹਿੰਦੇ ਇੱਥੇ ਜੇ ਤੁਸੀਂ? ਹਾਂਜੀ, ਇੱਥੇ ਮੈਂ ਆਸਟ੍ਰੇਲੀਆ ਵਿੱਚ ਅਪਰੋਕਸੀਮੇਟਲੀ 8-9 ਸਾਲ ਤੋਂ ਇੱਥੇ ਹਾਂ ਜੀ। ਜੀ ਜੀ, ਬਹੁਤ ਵਧੀਆ ਜੀ। ਸੋ ਕਿੱਦਾਂ ਇਸ ਪਾਸੇ ਕਿੱਦਾਂ ਧਿਆਨ ਆ ਗਿਆ, ਮਤਲਬ ਸ਼ੁਰੂ ਤੋਂ ਹੀ ਬੋਡੀ ਸ਼ੋਡੀ ਬਣਾਉਣ ਦਾ ਸ਼ੌਂਕ ਸੀ ਜਾਂ ਬਾਅਦ ਵਿੱਚ ਕੀ ਇਨਫਲੂਐਂਸ ਰਿਹਾ? ਐਕਚੁਲੀ ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀਗਾ ਕਿ ਅਸੀਂ ਗੇਮ ਕਰੀਏ, ਅਤੇ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਨੂੰ ਰੈਸਲਿੰਗ ਵਿੱਚ ਲਗਾ ਦਿੱਤਾ ਸੀਗਾ ਜੀ। ਅਤੇ ਪਿੰਡਾਂ ਵਿੱਚ ਮੈਟ 'ਤੇ ਵੀ ਘੁਲੇ ਹਾਂ, ਗੱਦੇ 'ਤੇ ਵੀ, ਮਿੱਟੀ 'ਤੇ ਵੀ ਘੁਲੇ ਹਾਂ ਜੀ। ਜੀ, ਉਹ ਤੋਂ ਬਾਅਦ ਫਿਰ ਕਰਦੇ ਕਰਦੇ ਫਿਰ ਬੋਡੀ ਫਿੱਟ ਰੱਖਣ ਦਾ ਵੀ ਨਾਲ ਸ਼ੌਂਕ ਸੀਗਾ ਕਿ ਮੈਂ ਫੈਟੀ ਭਲਵਾਨ ਨਹੀਂ ਬਣਨਾ ਚਾਹੁੰਦਾ ਸੀ ਜੀ ਜੀ, ਅਤੇ ਫਿਟਨੈਸ ਦਾ ਸ਼ੌਂਕ ਪੈਂਦਾ ਗਿਆ। ਅਤੇ ਬਾਅਦ ਵਿੱਚ ਫਿਰ ਮੈਂ ਬੋਡੀ ਬਿਲਡਿੰਗ ਵਿੱਚ ਵੀ ਕੰਪੀਟ ਕੀਤਾ, ਅੱਗੇ ਜਾ ਕੇ ਮੈਂ ਮਿਸਟਰ ਫਗਵਾੜਾ 2006 ਵਿੱਚ ਬਣਿਆ ਅਤੇ ਮਿਸਟਰ ਕਪੂਰਥਲਾ ਬਣਿਆ ਜੀ। ਅਤੇ ਮੈਂ ਨੌਰਥ ਇੰਡੀਆ ਚੈਂਪੀਅਨ ਹਾਂ, ਯੂਨੀਵਰਸਿਟੀ ਵੀ ਮੇਰੇ ਕੋਲ ਮੈਡਲ ਹੈ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਇੱਥੇ ਕਦੋਂ ਆਏ ਆਸਟ੍ਰੇਲੀਆ, ਕਿੱਦਾਂ ਸਬੱਬ ਬਣਿਆ ਹੁੰਦਾ? ਇੱਥੇ ਜੀ 2008 ਦੇ ਵਿੱਚ ਮੈਂ ਮੇਰੀ ਵਾਈਫ ਪ੍ਰੀਤੀ ਸ਼ਰਮਾ ਜੀ ਨਾਲ ਮੈਂ ਮੈਰਿਜ ਕਰਕੇ ਆਇਆ ਜੀ ਜੀ। ਅਤੇ ਇੰਡੀਆ ਵਿੱਚ ਮੈਂ ਟੀਚਰ ਸੀਗਾ, ਗੌਰਮੈਂਟ ਟੀਚਰ ਸੀਗਾ, ਫਿਜ਼ੀਕਲ ਐਜੂਕੇਸ਼ਨ ਟੀਚਰ। ਵਾਹ ਜੀ ਵਾਹ, ਅੱਛਾ ਤੁਸੀਂ ਪੜ੍ਹਾਉਂਦੇ ਵੀ ਰਹੇ ਹੋ? ਹਾਂਜੀ ਹਾਂਜੀ। ਕਿਆ ਬਾਤ ਆ ਜੀ, ਬਹੁਤ ਵਧੀਆ। ਸੋ ਕਿੰਨਾ ਕੁ ਚਿਰ ਹੋ ਗਿਆ ਇੱਥੇ ਆਇਆਂ ਨੂੰ, ਅਤੇ ਕਿੱਦਾਂ ਰਿਹਾ ਐਕਸਪੀਰੀਅੰਸ? ਐਕਸਪੀਰੀਅੰਸ ਜੀ ਕਾਫੀ ਖੱਟਾ ਮਿੱਠਾ ਹੈ ਜੀ। ਅੱਛਾ ਜੀ, ਕਿਉਂਕਿ ਸਟਰਗਲ ਤੁਹਾਨੂੰ ਪਤਾ ਹੀ ਹੈ ਜੀ, ਸਟੂਡੈਂਟ ਲਾਈਫ ਇੱਥੇ ਬੜੀ ਹਾਰਡ ਲਾਈਫ ਹੈ ਜੀ। ਅਤੇ ਜਦੋਂ ਨਵੇਂ ਆਉਂਦੇ ਉਸ ਵੇਲੇ ਤਾਂ ਜਿੰਮ ਦਾ ਤਾਂ ਕੀ, ਆਪਾਂ ਨੂੰ ਤਾਂ ਹੋਰ ਚੀਜ਼ਾਂ ਵੀ ਭੁੱਲ ਜਾਂਦੀਆਂ ਕਿ ਜੀ ਦੁਨੀਆ ਸਭ ਚੇਂਜ ਹੋ ਜਾਂਦਾ, ਕਿਉਂਕਿ ਅਸੀਂ ਇੱਥੇ ਦੋ ਟੱਚੀ ਕੇਸ ਲੈ ਕੇ ਆਉਂਦੇ ਹਾਂ, ਹੋਰ ਸਾਡੇ ਕੋਲ ਕੁਸ਼ਚਨ ਸਾਰਾ ਕੁਛ ਉਹਦੇ ਨਾਲ ਹੀ ਆਪਾਂ ਇੱਥੇ ਸੈੱਟ ਕਰਨਾ ਹੁੰਦਾ। ਬਿਲਕੁਲ ਜੀ, ਸਾਰਿਆਂ ਦਾ ਇੱਦਾਂ ਹੀ ਹੈ ਜੀ, ਪਰ ਫਿਰ ਵੀ ਆਪਾਂ ਜੇ ਇੱਕ ਪੱਖੋਂ ਵੇਖੀਏ ਆਪਾਂ ਤਾਂ ਬਹੁਤ ਵਧੀਆ ਤੁਸੀਂ, ਮਤਲਬ ਓਵਰਆਲ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਤਾਂ ਕੀ ਮਤਲਬ ਤੁਸੀਂ ਸੈਟਿਸਫਾਈ ਹੋ? ਮਤਲਬ ਆਉਂਦੇ ਤਾਂ ਸਾਰੇ ਦੋ ਟੈਚ ਹੀ ਲੈ ਕੇ ਹੀ ਆ, ਪਰ ਜਿੰਨੀ ਤੁਹਾਨੂੰ ਇੱਥੇ ਆ ਕੇ ਤੁਹਾਨੂੰ ਆਊਟਪੁੱਟ ਮਿਲ ਗਈ, ਜਿੰਨੀ ਇੱਥੇ ਆ ਕੇ ਤੁਹਾਨੂੰ ਜਿਹੜੀ ਹੈ ਸ਼ੋਹਰਤ ਮਿਲ ਗਈ, ਜਿੰਨੀ ਛੇਤੀ ਤੁਸੀਂ ਅਚੀਵ ਕਰ ਲਿਆ, ਉਹਦੇ ਤੋਂ ਤੁਸੀਂ ਸੈਟਿਸਫਾਈ ਹੋ? ਦੇਖੋ ਜੀ, ਸੈਟਿਸਫਾਈ ਜਦੋਂ ਹੋ ਗਏ ਉਦੋਂ ਫਿਰ ਆਪਣੀ ਪ੍ਰੋਗਰੈਸ ਰੁਕ ਜਾਏਗੀ। ਸੈਟਿਸਫਾਈ ਮੈਂ ਨਹੀਂ ਵੀ ਹਾਂ, ਅਤੇ ਕਹਾਂਗੇ ਤਾਂ ਜਿੰਨਾ ਕੁ ਕੀਤਾ ਹੋਇਆ ਉਹਦੇ ਨਾਲ ਸੈਟਿਸਫਾਈ ਬਹੁਤ ਕੁਛ ਮਿਲਿਆ ਹੋਇਆ ਜੀ, ਪਰ ਮੈਂ ਅੱਗੇ ਵੀ ਬਹੁਤ ਕੁਛ ਕਰਨਾ ਚਾਹੁੰਦਾ, ਇਸ ਕਰਕੇ ਉਹਦੇ ਲਈ ਹਾਰਡਵਰਕ ਕਰ ਰਹੇ ਹਾਂ, ਕਿਉਂਕਿ ਕੋਈ ਚੀਜ਼ ਮਿਲਦੀ ਨਹੀਂ, ਤੁਹਾਨੂੰ ਅਰਨ ਕਰਨੀ ਪੈਂਦੀ ਹੈ, ਇੱਥੇ ਹਾਰਡਵਰਕ ਕਰਨਾ ਪੈਂਦਾ ਜੀ। ਜੀ ਜੀ ਜੀ, ਬਿਲਕੁਲ ਜੀ। ਸੋ ਮੇਰਾ ਕੁਐਸਚਨ ਸ਼ਾਇਦ ਤੁਹਾਨੂੰ ਇਹੋ ਹੀ ਕਿ ਜਿਹੜਾ ਹਾਰਡਵਰਕ ਤੁਸੀਂ ਕੀਤਾ ਵਾ, ਜੋ ਤੁਹਾਨੂੰ ਆਊਟਪੁੱਟ ਮਿਲੀ ਆ, ਉਹਦੇ ਤੋਂ ਹੈਪੀ ਹੋ ਤੁਸੀਂ? ਹਾਂਜੀ, ਮੈਂ ਬਿਲਕੁਲ ਹੈਪੀ ਹਾਂ ਜੀ। ਚਲੋ ਬਹੁਤ ਵਧੀਆ ਜੀ। ਸੋ ਦੱਸੋਗੇ ਇਸ ਆਪਣੇ ਕੰਪੀਟੀਸ਼ਨ ਦੇ ਸਫ਼ਰ ਬਾਰੇ ਥੋੜ੍ਹਾ ਜਿਹਾ, ਕਦੋਂ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ, ਕਿੰਨਾ ਕੁ ਚਿਰ ਲੱਗਾ ਇਸ ਮੁਕਾਮ ਤੱਕ ਪਹੁੰਚਦਿਆਂ? ਦੇਖੋ ਜੀ, ਤਿਆਰੀ ਤਾਂ ਕਿਉਂਕਿ ਬੋਡੀ ਬਿਲਡਿੰਗ ਇੱਕ ਲਾਈਫ ਸਟਾਈਲ ਹੈ, ਇਹ ਰਾਤੋਂ ਰਾਤ ਵਿੱਚ ਨਹੀਂ ਬਿਲਡ ਹੁੰਦੀ ਹੈਗੀ ਜੀ। ਅਤੇ ਮੈਂ ਕਾਫੀ ਟਾਈਮ ਤੋਂ ਤਿਆਰੀ ਕਰ ਰਿਹਾ ਸੀਗਾ, ਫਿਰ ਇੰਜਰੀ ਆ ਗਈ, ਅਤੇ ਉਸ ਤੋਂ ਬਾਅਦ ਫਾਦਰ ਸਾਹਿਬ ਡੈਥ ਹੋ ਗਈ, ਜਾਣੀ ਕਿ ਮੈਂ ਫਿਰ ਬੈਕ ਹੋ ਗਿਆ ਇਸ ਗੇਮ ਦੇ ਵਿੱਚ, ਨਹੀਂ ਅੱਗੇ ਵੱਧ ਪਾਇਆ। ਪਰ ਦੁਬਾਰਾ ਫਿਰ ਪਤਾ ਸੀ ਗੇਮ ਤਾਂ ਕਰਨੀ ਹੈਗੀ ਜੀ, ਘਰ ਦਿੰਦਾ ਵੀ ਡ੍ਰੀਮ ਮੈਂ ਕੁਛ ਕਰਾਂ ਜੀ। ਤਾਂ ਫਿਰ ਮੈਂ ਪਿਛਲੇ 10 ਮਹੀਨੇ ਤੋਂ ਜਾਣੀ ਕਿ ਇੰਡੀਆ ਵਿੱਚ ਟ੍ਰੇਨਿੰਗ ਲਗਾਈ, ਹਾਰਡ ਟ੍ਰੇਨਿੰਗ ਜਾ ਕੇ ਜੀ, ਅਤੇ ਬਸ ਕੁਛ ਕੰਮ ਨਹੀਂ ਕੀਤਾ, ਬਸ ਟ੍ਰੇਨਿੰਗ ਦੇ ਵਿੱਚ ਹੀ ਲੀਨ ਹੋਇਆ ਪਿਆ ਪਿਛਲੇ 10 ਮਹੀਨੇ ਤੋਂ। ਸੋ ਇੰਡੀਆ ਜਾ ਕੇ ਟ੍ਰੇਨਿੰਗ ਕੀਤੀ ਤੁਸੀਂ? ਹਾਂਜੀ ਹਾਂਜੀ ਜੀ। ਅਤੇ ਇਹ ਕਦੋਂ ਹੋਇਆ ਇਹ ਕੰਪੀਟੀਸ਼ਨ? ਇਹ ਜੀ 16 ਅਕਤੂਬਰ 2016 ਨੂੰ ਹੋਇਆ ਜੀ। ਜੀ ਜੀ, ਸੋ ਇੱਥੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ ਜੀ, ਇੱਥੇ ਅਲੱਗ ਅਲੱਗ ਫੈਡਰੇਸ਼ਨਸ ਨੇ, ਜਿੱਦਾਂ ਜਸਟ ਜਿੱਦਾਂ ਆਪਾਂ ਕਬੱਡੀ ਦੇ ਆਪਾਂ ਕਲੱਬ ਵੇਹਦੇ ਹਾਂ ਅਲੱਗ ਅਲੱਗ ਫੈਡਰੇਸ਼ਨਸ ਦੇ ਅੰਡਰ, ਉਸੇ ਤਰ੍ਹਾਂ ਜਿਹੜੇ ਇਹ ਕੰਪੀਟੀਸ਼ਨ ਨੇ ਬੋਡੀ ਬਿਲਡਿੰਗ ਦੇ ਅਲੱਗ ਅਲੱਗ ਫੈਡਰੇਸ਼ਨਸ ਨੇ, ਇਹਨਾਂ ਦਾ ਜਿਹੜਾ ਕੰਪੀਟੀਸ਼ਨ ਹੈ IFBB, ਜੇ ਮੈਂ ਗਲਤ ਨਹੀਂ ਹਾਂ ਤਾਂ। ਹਾਂਜੀ, IFBB ਜੀ, ਇਸ ਫੈਡਰੇਸ਼ਨ ਦੇ ਅੰਡਰ ਇਹਨਾਂ ਨੇ ਕੰਪੀਟੀਸ਼ਨ ਲੜਿਆ, ਅਤੇ ਮਿਕਸਡ ਵਿਕਟੋਰੀਆ 2016 ਇਹ ਬਣੇ ਨੇ। ਸੋ ਇਸ ਤੋਂ ਪਹਿਲਾਂ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਦੀਪਕ ਜੀ, ਤਾਂ ਇੰਡੀਆ ਦੇ ਵਿੱਚ ਕੀ ਆਪਣੀਆਂ ਉਪਲਬਧੀਆਂ ਰਹੀਆਂ? ਮੈਂ ਜੀ ਮਿਸਟਰ ਫਗਵਾੜਾ ਬਣਿਆ ਜੀ, ਮਿਸਟਰ ਕਪੂਰਥਲਾ ਬਣਿਆ, ਯੂਨੀਵਰਸਿਟੀ ਚੈਂਪੀਅਨ ਆ ਜੀ, ਇੰਟਰ ਕੋਲੇਜ ਮੈਡਲ ਆ ਮੇਰੇ ਕੋਲ ਜੀ, ਅਤੇ ਖਾਲਸਾ ਕਾਲਜ ਮੌਲਪੁਰ ਦਾ ਮੈਂ ਬੈਸਟ ਅਥਲੀਟ ਰਿਹਾ ਜੀ 2007 'ਚ। ਅੱਛਾ ਜੀ,
ਸੋ ਐਥਲੈਟਿਕਸ ਵੀ ਕਰਦੇ ਨਹੀਂ ਐਥਲੈਟਿਕ ਮਤਲਬ ਸਪੋਰਟਸ ਪਰਸਨੈਲਿਟੀ ਜਿਹੜੀ ਉਸ ਸਾਲ ਦੀ ਸੀ ਓਕੇ ਓਕੇ ਜੀ ਤੇ 2007 ਦੇ ਮੈਂ ਉੱਥੇ ਬੈਸਟ ਪਲੇਅਰ ਸੀਗਾ ਕਾਲਜ ਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਕਿੱਦਾਂ ਲੱਗਦਾ ਤੁਹਾਨੂੰ ਹੁਣ ਇੰਡੀਆ ਦੇ ਵਿੱਚ ਵੀ ਤੁਸੀਂ ਇਹ ਕੰਮ ਕਰਕੇ ਆਏ ਹੋ ਇੱਥੇ ਵੀ ਤੁਸੀਂ ਕੀਤਾ ਵਾ ਫੈਸਿਲਿਟੀਆਂ ਵਾਈਜ਼ ਕਿੱਥੇ ਤੁਹਾਨੂੰ ਬੈਟਰ ਲੱਗਾ ਅਤੇ ਕਿੱਥੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਈ ਦੇਖੋ ਜੀ ਫੈਸਿਲਿਟੀਆਂ ਤਾਂ ਇੱਥੇ ਜ਼ਿਆਦਾ ਮਿਲਦੀਆਂ ਐਵੇਂ ਕਹਾਂ ਜੀ ਡਾਇਟ ਬਹੁਤ ਵਧੀਆ ਕਲੀਨ ਡਾਇਟ ਮਿਲ ਜਾਂਦੀ ਈਜ਼ੀਲੀ ਅਵੇਲੇਬਲ ਹੋ ਜਾਂਦੀ ਹੈ ਉਰੇ ਜੀ ਅਤੇ ਇੰਡੀਆ ਵਿੱਚ ਜਿਹੜਾ ਕਹਿ ਸਕਦੇ ਹਾਂ ਘਰ ਬੀਬੀ ਪਕਾ ਕੇ ਖੜਾ ਦਿੰਦੀ ਹੈ ਜੀ 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 ਠੀਕ ਹੈ ਜੀ ਸੋ ਇੱਥੇ ਥੋੜ੍ਹਾ ਜਿਹਾ ਸੌਖਾ ਵਾ ਆਪਣੇ ਆਪ ਨੂੰ ਉੱਤੇ ਲੈ ਕੇ ਆਉਣਾ ਹਾਂਜੀ ਇੱਥੇ ਸੌਖਾ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਮਿਹਨਤ ਕਿਤੇ ਵੀ ਕਰੋ ਜੀ ਮਿਹਨਤ ਦਾ ਜਾਣ ਕਿ ਹਮੇਸ਼ਾ ਫਲ ਮਿਲਦਾ ਜੀ ਰਿਵਾਰਡ ਮਿਲਦਾ ਤੁਹਾਨੂੰ ਜੀ 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 ਬਹੁਤ ਵਧੀਆ ਜੀ ਸੋ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਕਈ ਨੌਜਵਾਨ ਵੀ ਮੁੰਡੇ ਨੇ ਉਹਨਾਂ ਨੂੰ ਵੀ ਬੜਾ ਸ਼ੌਂਕ ਹੁੰਦਾ ਅੱਜ ਕੱਲ੍ਹ ਬੋਡੀ ਸ਼ੋਡੀ ਬਣਾਉਣ ਦਾ ਬੜਿਆਂ ਨੂੰ ਸ਼ੌਂਕ ਆ ਸੋ ਉਹਨਾਂ ਦੇ ਲਈ ਕੋਈ ਮੈਸੇਜ ਜਿਹੜਾ ਤੁਸੀਂ ਆਪਣਾ ਸਟਰਗਲ ਆ ਜਿਹੜੀ ਤੁਹਾਡਾ ਸਫ਼ਰ ਆ ਉਹਦੇ ਵਿੱਚੋਂ ਕੋਈ ਉਹਨਾਂ ਦੇ ਨਾਲ ਸਾਂਝਾ ਕਰਨਾ ਚਾਹੋ ਦੇਖੋ ਜੀ ਮੈਂ ਇਹ ਕਹੂੰਗਾ ਆਪਣੀ ਜਿਹੜੀ ਕਮਿਊਨਿਟੀ ਆ ਸਾਰੇ ਇੱਥੇ ਜਾਂ ਸਟੂਡੈਂਟ ਲਾਈਫ 'ਚ ਆਏ ਸਾਰੇ ਜਾਣ ਕਿ ਇੰਟੈਲੀਜੈਂਟ ਆ ਮੈਂ ਉਹਨਾਂ ਨੂੰ ਮੈਸੇਜ ਤਾਂ ਕੀ ਦੇ ਸਕਦਾ ਆਪ ਹੀ ਮੇਰੇ ਤੋਂ ਬਹੁਤ ਜ਼ਿਆਦਾ ਸਿਆਣੇ ਆ ਜੀ ਅਤੇ ਸਾਰਿਆਂ ਕੋਲ ਕਾਫੀ ਐਕਸਪੀਰੀਅੰਸ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਅਸੀਂ ਆਉਂਦੇ ਹਾਂ ਹਰ ਆਪਣੀ ਬੋਡੀ ਤੋਂ ਆਪਣੀ ਫੈਮਿਲੀ ਨੂੰ ਟਾਈਮ ਦੇ ਰਹੇ ਹਾਂ ਆਪਣਾ ਐਨ ਕੱਢ ਕੇ ਹਾਰਡ ਵਰਕ ਕਰ ਰਹੇ ਹਾਂ ਅਤੇ ਸੋਸਾਇਟੀ ਨੂੰ ਟਾਈਮ ਦੇ ਰਹੇ ਹਾਂ ਆਪਣੀ ਨੂੰ ਜੀ ਪਰ ਜਿਸ ਬੋਡੀ ਤੋਂ ਅਸੀਂ ਇੰਨਾ ਕੁਛ ਲੈ ਰਹੇ ਹਾਂ ਅਸੀਂ ਇਹ ਸੋਚੀਏ ਕਿ ਅਸੀਂ ਉਹਨੂੰ ਕੀ ਦੇ ਰਹੇ ਹਾਂ ਜੀ ਐਟਲੀਸਟ ਸਾਨੂੰ ਇੱਕ 1 ਆਵਰ ਤਾਂ ਦੇਣਾ ਚਾਹੀਦਾ ਜੀ ਆਪਣੀ ਬੋਡੀ ਨੂੰ ਇਹਨਾਂ ਡੇ ਦਿਹਾੜੀ 'ਚ ਹਾਂਜੀ ਸੋ ਤੁਹਾਨੂੰ ਲੱਗਦਾ ਜੇ ਆਪਾਂ 1 ਘੰਟਾ ਦਿਹਾੜੀ 'ਚ ਦਿੰਦੇ ਹਾਂ ਤਾਂ ਤੁਹਾਡੇ ਵਾਂਗੂ ਕੰਪੀਟੀਸ਼ਨ ਜਿੱਤ ਸਕਦੇ ਮੁੰਡੇ ਦੇਖੋ ਜੀ ਜੇ ਤਾਂ ਹਾਰਡ ਵਰਕ ਕਰਨਾ ਫਿਰ ਐਟਲੀਸਟ 3 ਆਵਰਸ ਅੱਛਾ ਜੀ ਸੋ 1 ਦਿਨ ਦੇ ਵਿੱਚ 3 ਘੰਟੇ ਆਪਾਂ ਜੇ ਦੇ ਲਈਏ ਤਾਂ ਸਰੀਰ ਬਣ ਸਕਦਾ ਇੱਦਾਂ ਦਾ ਹਾਂਜੀ ਬਣ ਸਕਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਜਿਹੜੇ ਜਿਹੜੇ ਵੀ ਸ਼ੌਕੀਨ ਨੇ ਉਹ ਡੈਡੀਕੇਸ਼ਨ ਦੇ ਨਾਲ ਜੇਕਰ 3 ਘੰਟੇ ਲਾ ਲੈਣ ਦਿਹਾੜੀ ਦੇ ਵਿੱਚ ਅਤੇ ਤੁਸੀਂ ਵੀ ਕੁਛ ਨਾ ਕੁਛ ਮੁਕਾਮ ਪਾ ਸਕਦੇ ਜ਼ਰੂਰੀ ਨਹੀਂ ਆਪਾਂ ਕੰਪੀਟੀਸ਼ਨ ਲੜਨੇ ਆਪਾਂ ਆਪਣੇ ਸਰੀਰ ਨੂੰ ਸਹੀ ਰੱਖ ਸਕਦੇ ਹਾਂ ਹਰ ਇੱਕ ਨੂੰ ਸੋਹਣਾ ਦਿਖਣ ਦਾ ਚਾਹ ਹੁੰਦਾ ਵਾ ਕੋਈ ਮੈਨੂੰ ਲੱਗਦਾ ਦੁਨੀਆਂ ਦਾ ਐਸਾ ਬੰਦਾ ਨਹੀਂ ਹੋਊਗਾ ਜਿਹਨੂੰ ਲੱਗੇ ਪਰ ਆਪਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਜ਼ਿਆਦਾ ਬਿਜ਼ੀ ਹੋ ਜਾਂਦੇ ਨਹੀਂ ਅਸੀਂ ਮੈਂ ਟੈਕਸੀ ਚਲਾਉਣਾ ਹੋ ਰਿਹਾ ਜੀ ਟੈਕਸੀ ਚਲਾਉਣ ਵਾਲੇ ਦਾ ਤੁਹਾਨੂੰ ਪਤਾ ਹੈ ਕਿ ਆਪਾਂ ਕਿੰਨੀ ਕੁ ਫਿਟਨੈਸ ਰੱਖਦੇ ਹਾਂ ਬਿਲਕੁਲ ਜੇ ਮੈਂ ਟੈਕਸੀ ਚਲਾਉਣ ਦੇ ਬਾਵਜੂਦ ਇੱਥੇ ਗੇਮ ਕਰ ਸਕਦਾ ਫਿਰ ਤਾਂ ਕੋਈ ਵੀ ਕਰ ਸਕਦਾ ਜੀ 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 ਅਤੇ ਆਪਣਾ ਦੀਪਕ ਜੀ ਤੁਸੀਂ ਵੈਜੀਟੇਰੀਅਨ ਹੋ ਨੌਨ ਵੈਜ ਮੈਂ ਜੀ ਨੌਨ ਵੈਜ ਖਾਂਦਾ ਜੀ ਨੌਨ ਵੈਜ ਖਾਂਦੇ ਗੇਮ ਦੇ ਵਿੱਚ ਖਾਣਾ ਪੈਂਦਾ ਜੀ ਖਾਣਾ ਪੈਂਦਾ ਓਕੇ ਇੱਕ ਸਾਡੇ ਕੋਲ ਸਵਾਲ ਵੀ ਸੀ ਇੱਥੇ ਇਹਨਾਂ ਨੇ ਇਹ ਕਹਿੰਦੇ ਨੇ ਜੀ ਮਿਸਟਰ ਵਿਕਟੋਰੀਆ ਬਣਨ ਦੇ ਲਈ ਕਹਿੰਦੇ ਨੇ ਮਤਲਬ ਐਨੀ ਵੈਜੀਟੇਰੀਅਨ ਕੋਈ ਡਾਇਟ ਤੁਸੀਂ ਦੱਸ ਸਕਦੇ ਹੋ ਵੈਜੀਟੇਰੀਅਨ ਦੇ ਵਿੱਚ ਵੀ ਬਹੁਤ ਕੁਛ ਆ ਜੀ ਜ਼ਰੂਰੀ ਨਹੀਂ ਇਹ ਤਾਂ ਆਪਣੇ ਇਹ ਕਹਿ ਸਕਦਾ ਜੀ ਮੂੰਹ ਦੇ ਟੇਸਟ ਆ ਮੈਂ ਇਹ ਵੀ ਨਾਲ ਕਹਿ ਸਕਦਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਜਿਹੜੇ ਵੈਜੀਟੇਰੀਅਨ ਆ ਬੋਡੀ ਬਿਲਡਰ ਨਹੀਂ ਬਣ ਸਕਦੇ ਸਾਡੇ ਵਰਿੰਦਰ ਸਿੰਘ ਘੁੰਮਣ ਜੀ ਉਹ ਵੈਜੀਟੇਰੀਅਨ ਹੈ ਅਤੇ ਪ੍ਰੋ ਕਾਰਡ ਉਹਨਾਂ ਕੋਲ ਬਹੁਤ ਬਿਗ ਬੋਡੀ ਬਿਲਡਰ ਆ ਜੀ ਜੀ ਬਹੁਤ ਵਧੀਆ ਜੀ ਸੋ ਜ਼ਰੂਰੀ ਨਹੀਂ ਆ ਸਾਡੀ ਜਿਹੜੀ ਡਾਇਟ ਆ ਉਹ ਸਾਡੀ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਜੋ ਬੋਡੀ ਨੂੰ ਜਿਹੜੀ ਸਾਡੀ ਮਾਤਰਾ ਮਿਲਣੀ ਚਾਹੀਦੀ ਆ ਉਹ ਮਿਲਣੀ ਆਪਾਂ ਦਈਏ ਉਹ ਚਾਹੇ ਨੌਨ ਵੈਜ ਦੇ ਨਾਲ ਚਾਹੇ ਵੈਜੀਟੇਰੀਅਨ ਦੇ ਨਾਲ ਅਤੇ ਫਿਰ ਮੇਰੇ ਖਿਆਲ ਦੇ ਨਾਲ ਸਭ ਕੁਛ ਪੋਸੀਬਲ ਹੋ ਜਾਂਦਾ ਅੱਜ ਕੱਲ੍ਹ ਤਾਂ ਮੇਰੇ ਖਿਆਲ ਜਿਹੜੇ ਪ੍ਰੋਡਕਟ ਮਿਲਦੇ ਆਪਣੇ ਜਿਹੜੇ ਪਾਊਡਰ ਉਹਦੇ ਵਿੱਚੋਂ ਵੀ ਕਾਫੀ ਕੁਛ ਮਾਤਰਾ ਪੂਰੀ ਹੋ ਜਾਂਦੀ ਹਾਂਜੀ ਹੋ ਜਾਂਦੀ ਹੈ ਪਰ ਸਪਲੀਮੈਂਟ ਵੀ ਜ਼ਰੂਰੀ ਹੈ ਉਹ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ ਹੈਗੀ ਜੀ ਅਤੇ ਪਰ ਸਾਨੂੰ ਕਲੀਨ ਡਾਇਟ ਵੀ ਖਾਣੀ ਬਹੁਤ ਜ਼ਰੂਰੀ ਹੈ ਕਿਉਂਕਿ 30% ਮਸਲੇ ਅਸੀਂ ਜਿਮ 'ਚ ਬਣਾ ਸਕਦੇ ਹਾਂ ਜੀ ਜਿਹੜੇ 70% ਤੁਹਾਡੇ ਆਪਣੇ ਕਿਚਨ 'ਚ ਬਣਦੇ ਆ ਓਕੇ ਸੋ ਡਾਇਟ ਜਿਹੜੀ ਆ ਉਹ ਜ਼ਿਆਦਾ ਇੰਪੋਰਟੈਂਟ ਆ ਤੁਹਾਡੀ ਐਕਸਰਸਾਈਜ਼ ਦੇ ਨਾਲ ਹਾਂਜੀ ਡਾਇਟ ਕਿਹੋ ਜਿਹੀ ਖਾ ਰਹੇ ਹਾਂ ਇਹ ਡਿਪੈਂਡ ਕਰਦਾ ਕਿ ਆਪਾਂ ਕਾਰਬ ਜ਼ਿਆਦਾ ਖਾ ਰਹੇ ਹਾਂ ਤਾਂ ਆਪਣਾ ਬੋਡੀ ਵੇਟ ਗੇਨ ਹੋਏਗਾ ਜੀ ਜੀ ਜੇ ਕਈਆਂ ਜਣੇ ਨੂੰ ਸ਼ੈਡ ਕਰਨਾ ਹੁੰਦਾ ਅਤੇ ਉਦੋਂ ਆਪਣੇ ਕਾਰਬ ਆਪਣੇ ਰਿਡਿਊਸ ਕਰੀਦੇ ਆ ਅਤੇ ਕੀ ਮਨਸੂਬੇ ਨੇ ਦੀਪਕ ਜੀ ਆਪਣੇ ਹੁਣ ਅੱਗੇ ਨੈਕਸਟ ਈਅਰ ਜੀ ਹੋਪ ਸੋ ਮਿਸਟਰ ਆਸਟ੍ਰੇਲੀਆ ਵਿਨ ਕਰਾਂਗੇ ਜੀ ਵਾਜਬ ਬਹੁਤ ਵਧੀਆ ਜੀ ਸ਼ੁਭ ਇਛਾਵਾਂ ਨੇ ਸਾਡੀਆਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਭਾਈਚਾਰੇ ਦੇ ਵਿੱਚੋਂ ਨੌਜਵਾਨ ਨਿਕਲ ਕੇ ਆਉਂਦੇ ਨੇ ਸੋ ਇਸ ਸਾਰੇ ਸਫ਼ਰ ਦੇ ਵਿੱਚ ਜੇਕਰ ਕੋਈ 2-4 ਨਾਂ ਲੈਣਾ ਚਾਹੋ ਜਿਨ੍ਹਾਂ ਨੇ ਸਾਥ ਦਿੱਤਾ ਹੋਵੇ ਇੰਡੀਆ ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਵਿੱਚ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਉਸਤਾਦ ਕਹਿ ਸਕਦੇ ਹਾਂ ਜੀ ਜਿਨ੍ਹਾਂ ਤੋਂ ਮੈਂ ਸਿੱਖਿਆ ਜੀ ਸਰਦਾਰ ਰਵਿੰਦਰ ਸਿੰਘ ਭੋਲਾ ਜੀ ਜੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਅਤੇ ਮੇਰੇ ਜਿਮ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਟ੍ਰੇਨਿੰਗ ਲਗਾਈ ਆ ਬਲਜੀਤ ਜੀ ਸੋਢੀ ਭਾਅ ਜੀ ਜੀ ਅਤੇ ਬਸਰਾ ਜਿਮ ਦੇ ਵਿੱਚ ਜਿਨ੍ਹਾਂ ਨੇ ਮਿਹਨਤ ਲਗਾਈ ਆ ਅਤੇ ਬਹੁਤ ਮੈਨੂੰ ਉਹਨਾਂ ਨਾਲ ਕੋਆਪਰੇਟ ਕੀਤਾ ਦੀਪਕ ਹੈ ਜੀ ਜੀ ਅਤੇ ਮਨਦੀਪ ਗੋਰਾ ਜੀ ਸੋ ਇੱਥੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਜੀ ਸ਼ਕਤੀ ਸਪੋਰਟਸ ਲੋਇੰਸ ਕਲੱਬ ਜੀ ਉਹਨਾਂ ਦੀ ਮੈਨੂੰ ਬਹੁਤ ਸਪੋਰਟ ਹੈ ਜੀ 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 ਅਤੇ ਇੱਥੇ ਯਾਰਾਂ ਦੋਸਤਾਂ ਦੇ ਵਿੱਚ ਜਸਵਿੰਦਰ ਭਾਅ ਜੀ ਸੰਜੀਵ ਭਾਅ ਜੀ ਲੱਕੀ ਸਿੰਘ ਜੋ ਡੁਹਾਟੀ ਜਿਮ ਦੇ ਵਿੱਚ ਕੋਚ ਨੇ ਆਪਣੇ ਕਾਫੀ ਫਰੈਂਡ ਨੇ ਵਧੀਆ ਆਪਣੇ ਉਹਨਾਂ ਦੇ ਮੈਂ
ਕਾਫੀ ਜਾਣਕੀ। ਸੋ ਇਹਨਾਂ ਯਾਰਾਂ ਦੋਸਤਾਂ ਨੇ ਮਦਦ ਕੀਤੀ ਆਪਣੇ ਇਸ ਕੰਪੀਟੀਸ਼ਨ ਦੇ ਵਿੱਚ। ਹਾਂਜੀ ਹਾਂਜੀ, ਸੰਜੀਵ ਭਾਅ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਕਹਿੰਦੇ ਜੀ ਤੂੰ ਬਸ ਹੁਣ ਟੈਕਸੀ ਨੂੰ ਥੋੜ੍ਹੇ ਚੱਲੀ ਤਿਆਗ ਅਤੇ ਇੰਡੀਆ ਜਾ ਕੇ ਪ੍ਰੈਕਟਿਸ ਕਰ। ਜੀ ਬਹੁਤ ਵਧੀਆ ਜੀ। ਸੋ ਇਹਦੇ ਵਿੱਚ ਆਪਣੇ ਵੇਟ ਵੀ ਹੁੰਦਾ ਵਾ ਵੀ ਆਪਣਾ ਇਸ ਕੈਟੇਗਰੀ ਦੇ ਵਿੱਚ ਕਿਹੜੀ ਕੈਟੇਗਰੀ ਦੇ ਵਿੱਚ ਤੁਸੀਂ ਇਹ ਜਿੱਤਿਆ? 90 ਕਿਲੋ ਜੀ। 90 ਕਿਲੋ ਜੀ ਅਤੇ ਆਪਣਾ ਇਸ ਤੋਂ ਗਾਂਹ ਫਿਰ ਹੋਰ ਵੀ ਹੁੰਦਾ ਕੋਈ ਕਿ ਫਿਰ ਫ੍ਰੀ ਸਟਾਈਲ ਹੀ ਆ ਜਾਂਦਾ? ਦੇਖੋ ਜੀ ਮੇਰੀ ਮੇਰੀ ਖੁਆਇਸ਼ ਆ ਕਿ ਮੈਂ ਜਾਣ ਕਿ ਓਪਨ ਕੈਟਾਗਰੀ ਵਿੱਚ ਜਾਵਾਂ ਇੱਕ ਦਿਨ, ਠੀਕ ਹੈ ਨਾ, 100 ਪਲੱਸ, ਕਿਉਂਕਿ ਮੇਰੀ ਹਾਈਟ ਆ ਜਿੱਦਾਂ 5'11" ਆ ਜੀ ਅਤੇ ਛੋਟੇ ਬੇਟਾ ਨੂੰ ਸੂਟ ਨਹੀਂ ਕਰੇਗੀ ਜੀ, ਅਤੇ ਜੇ ਮੈਂ ਬਿਗ ਬਣਨਾ, ਵਧੀਆ ਬੋਡੀ ਬਿਲਡਰ ਬਣਨਾ ਚਾਹੁੰਦਾ ਤਾਂ ਮੈਨੂੰ ਐਟਲੀਸਟ 100 ਪਲੱਸ ਆਉਣਾ ਪਏਗਾ ਅਤੇ ਉਹਦੇ ਲਈ ਮੈਂ ਟਰਾਈ ਕਰ ਰਿਹਾ ਓਪਨ ਦੇ ਵਿੱਚ ਜਾ। ਹਾਂਜੀ ਹਾਂਜੀ ਜੀ। ਸੋ ਓਪਨ ਕੈਟੇਗਰੀ ਜਿਹੜੀ ਉਹ ਕਿੱਥੋਂ ਕੁ ਸ਼ੁਰੂ ਹੁੰਦੀ, ਕਿੰਨੇ ਵੇਟ ਤੋਂ ਹੋ ਜਾਂਦੀ ਹੈ? 100 ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਅੱਛਾ, 100 ਪਲੱਸ ਹੋ ਜੇ ਤੁਸੀਂ ਤਾਂ ਫਿਰ ਓਪਨ 'ਚ ਆ ਗਏ? ਪਰ ਓਪਨ ਦੇ ਵਿੱਚ ਇਹ ਵੀ ਗੱਲ ਹੈ ਕਿ ਮੈਂ ਪੂਰਾ 100 ਕਿਲੋ ਲੈ ਕੇ ਚੱਲ ਜਾਵਾਂ ਅਤੇ ਉੱਥੇ 115 ਕਿਲੋ ਵਾਲਾ ਵੀ ਕੰਪੀਟ ਕਰੇਗਾ, 120 ਕਿਲੋ ਵਾਲਾ ਵੀ ਕੰਪੀਟ ਕਰੇਗਾ, ਫਿਰ ਔਖਾ ਹੋਏਗਾ ਨਾ ਜੀ। ਜੀ ਜੀ, ਤਾਂ ਐਟਲੀਸਟ ਮੇਰੇ ਕੋਲ 110 ਹੋਣਾ ਚਾਹੀਦਾ ਜੀ। ਐਟ ਦਾ ਮੂਮੈਂਟ ਮੈਂ 98 ਹਾਂ ਜੀ। ਓਕੇ, ਸੋ ਆਪਣਾ ਗੇਨ ਕਰਕੇ ਅਤੇ ਫਿਰ ਉਹਦੇ ਵਿੱਚ ਕੰਪੀਟ ਹੋ ਸਕਦਾ। ਸੋ ਜਿੰਨੇ ਜ਼ਿਆਦਾ ਵੇਟ ਜ਼ਿਆਦਾ, ਜਿੰਨੇ ਮਸਲ ਹੈਵੀ ਨੇ, ਉਹਨਾਂ ਜ਼ਿਆਦਾ ਐਡਵਾਂਟੇਜ ਮਿਲਦੀ ਹੈ? ਨਹੀਂ ਜੀ, ਐਡਵਾਂਟੇਜ ਤਾਂ ਕਿਸੇ ਵੀ ਵੇਟ ਕੈਟਾਗਰੀ ਵਿੱਚ ਜਾਓ ਤੁਹਾਨੂੰ ਇਹ ਮਸਲੋ ਤੁਹਾਡਾ ਵੇਟ ਹੋਣਾ ਚਾਹੀਦਾ, ਇਹ ਨਹੀਂ ਕਿ ਜਾਣੀ ਕਿ ਬਲਕਿ ਵੇਟ ਹੋਵੇ, ਉਹਨੂੰ ਤਾਂ ਲਾਈਕ ਨਹੀਂ ਕਰਦੇ ਚਾਹੇ ਕਿਸੇ ਕੈਟਾਗਰੀ ਵਿੱਚ ਹੋਵੇ ਜੀ, ਅਤੇ ਤੁਹਾਡੇ ਸਟਰੋਂਗ ਹੋਣਾ ਚਾਹੀਦਾ, ਤੁਹਾਡੇ ਮਸਲ ਕਲੀਅਰ ਹੋਣੇ ਚਾਹੀਦੇ ਤੁਹਾਡੇ। ਜੀ ਜੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਬਹੁਤ ਸੋਹਣਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਦੀਪਕ ਜੀ। ਪਰਮਾਤਮਾ, ਚਲੋ ਜਿਹੜੇ ਵੀ ਤੁਹਾਡੇ ਮਨਸੂਬੇ ਨੇ ਉਹ ਪਰਮਾਤਮਾ ਤੁਹਾਡੇ ਪੂਰੇ ਕਰਨ, ਅਤੇ ਇਸੇ ਤਰ੍ਹਾਂ ਸਾਡੀ ਕਮਿਊਨਿਟੀ ਦਾ, ਭਾਈਚਾਰੇ ਦਾ ਨਾਂ ਤੁਸੀਂ ਰੋਸ਼ਨ ਕਰਦੇ ਰਹੋ ਅਤੇ ਵਾਰ ਵਾਰ ਆਪਾਂ ਗੱਲਾਂ ਬਾਤਾਂ ਤੁਹਾਡੀਆਂ ਆਪਣੇ ਸਰੋਤਿਆਂ ਨਾਲ ਕਰਾਉਂਦੇ ਰਹੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਕੱਢਿਆ। ਥੈਂਕ ਯੂ। ਅਤੇ ਸ਼ੁਭ ਇਸ਼ਾਵਾਂ ਤੁਹਾਡੇ ਫਿਊਚਰ ਲਈ ਵੀ, ਸਾਡੇ ਵੱਲੋਂ ਵੀ ਅਤੇ ਸਾਡੇ ਸਾਰੇ ਸਰੋਤਿਆਂ ਵੱਲੋਂ ਵੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸਾਰੀ ਕਮਿਊਨਿਟੀ ਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਦੀਪਕ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਇਸ ਟਾਈਮ ਕਰ ਰਹੇ ਸਾਂ। ਮਿਸਟਰ ਵਿਕਟੋਰੀਆ ਦਾ ਇਹਨਾਂ ਨੇ ਖਿਤਾਬ ਜਿੱਤਿਆ ਵਾ ਇਸ ਸਾਲ, ਲੱਕੀ ਫਗਵਾੜਾ ਦੇ ਨਾਲ ਨਾਲ ਵੀ ਇਹ ਮਸ਼ਹੂਰ ਨੇ। ਵੈਸੇ ਇੱਥੇ ਜਿੱਦਾਂ ਆਪਾਂ ਸਾਰੇ ਆਪਸ ਦੇ ਵਿੱਚ ਜਾਣਦੇ ਹੀ ਹਾਂ ਕਿ ਟੈਕਸੀ ਚਲਾ ਕੇ ਕੰਮਾਂ ਕਾਰਾਂ ਦੇ ਵਿੱਚ ਜਾਂ ਕੋਈ ਵੀ ਹੋਰ ਵੀ ਕੰਮ ਕਰਕੇ ਨਾਲ ਦੀ ਨਾਲ ਆਪਣੀ ਗੇਮ ਨੂੰ ਬਰਕਰਾਰ ਰੱਖਣਾ ਕੋਈ ਏਡਾ ਸੌਖਾ ਕੰਮ ਨਹੀਂ ਗਾ, ਫਿਰ ਵੀ ਇਹਨਾਂ ਨੇ ਜੇ ਕੀਤਾ ਵਾ ਤਾਂ ਉਹਦੇ ਲਈ ਇਹਨਾਂ ਨੂੰ ਜ਼ਰੂਰ ਇੱਕ ਸ਼ਾਬਾਸ਼ੀ ਬਣਦੀ ਹੈ। ਸੋ ਆਪਣੀ ਕਮਿਊਨਿਟੀ ਦਾ ਜੇਕਰ ਸਾਥ ਰਹੇ ਅਤੇ ਕਮਿਊਨਿਟੀ ਦੇ ਮੈਂਬਰ ਜਿਹੜੇ ਨੇ ਆਪਣੀ ਕਮਿਊਨਿਟੀ ਦਾ ਨਾਂ ਇਸੇ ਤਰ੍ਹਾਂ ਤਾਂ ਕਰਦੇ ਰਹਿਣਗੇ। ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਨਵੀਂ ਸ਼ਖਸੀਅਤ ਲੈ ਕੇ ਆਵਾਂਗੇ, ਤੁਹਾਡੇ ਨਾਲ ਕਰਾਵਾਂਗੇ ਗੱਲਾਂ ਬਾਤਾਂ। ਜੇਕਰ ਤੁਹਾਡੇ ਕੋਲ ਕੋਈ ਵੀ ਇੱਦਾਂ ਦੀ ਕੋਈ ਪਰਸਨੈਲਿਟੀ ਹੋਵੇ ਜਿਹਨੇ ਆਪਣੇ ਭਾਈਚਾਰੇ ਦੇ ਲਈ ਕੁਛ ਕੀਤਾ ਹੋਵੇ ਤਾਂ ਉਹ ਸਾਡੇ ਤੱਕ ਤੁਸੀਂ ਪਹੁੰਚਾ ਸਕਦੇ ਹੋ, ਉਹਨਾਂ ਦਾ ਕੰਟੈਕਟ ਜ਼ਰੂਰ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਕਰਾਵਾਂਗੇ। ਕੋਸ਼ਿਸ਼ ਸਾਡੀ ਇਹੋ ਹੀ ਰਹਿੰਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਕਮਿਊਨਿਟੀ ਦੇ ਲਈ ਕੁਛ ਕੀਤਾ ਵਾ ਉਹਨਾਂ ਨੂੰ ਆਪਾਂ ਤੁਹਾਡੇ ਰੂਬਰੂ ਲੈ ਕੇ ਆਈਏ। ਪੁੱਛੀਏ ਉਹਨਾਂ ਨੂੰ ਕਿ ਕਿਹੜੇ ਤਰੀਕੇ ਦੇ ਨਾਲ ਬਾਕੀਆਂ ਦੀ ਵੀ ਹੈਲਪ ਹੋ ਸਕਦੀ ਹੈ, ਕੀ ਰਿਹਾ ਉਹਨਾਂ ਦਾ ਸਟਰਗਲ। ਸੋ ਲੈਂਦੇ ਹਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ। ਸਾਰਿਆਂ ਦਾ ਦਿਨ ਹੱਸਦਿਆਂ ਵਸਦਿਆਂ ਲੰਘੇ, ਸਰਬੱਤ ਦਾ ਭਲਾ ਮੰਗੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਰੱਬ ਰਾਖਾ।